ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਸੰਬੰਧ ਨਹੀਂ ਉਸ ਬਿਆਨ ਦਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜਿਸ ਦਿਨ ਤੋਂ ਇਹ ਮੋਰਚਾ ਲੱਗਿਆ ਸਾਡਾ ਸਾਥ ਦੇ ਰਹੇ ਹੈ ਉਹਨਾਂ ਦੇ ਸਿੰਘ ਇੱਥੇ ਆਪਣਾ ਟੈਂਟ ਲਾ ਕੇ ਲਗਾਤਾਰ ਬੈਠੇ ਹੈ ਹਰ ਰੋਜ਼ ਉਹਨਾਂ ਨਾਲ ਸਾਡਾ ਸਲਾਹ ਮਸ਼ਵਰਾ ਹੁੰਦਾ ਸੋ ਉਹ ਬਿਆਨ ਉਹਨਾਂ ਦਾ ਨਿੱਜੀ ਹੈ ਅਸੀਂ ਕੱਲ ਨੂੰ ਤਾਲਮੇਲ ਕਮੇਟੀ ਦੀ ਮੀਟਿੰਗ ਸੱਦ ਕੇ ਉਹਨਾਂ ਨੂੰ ਇੱਕ ਮੌਕਾ ਦੇਣਾ ਜੇ ਤਾਂ ਉਹ ਇਸ ਬਿਆਨ ਪ੍ਰਤੀ ਮਾਫੀ ਮੰਗ ਕੇ ਅੱਗੇ ਤੋਂ ਸੁਧਾਰ ਕਰਦੇ ਆ ਤਾਂ ਵਰਨਾ ਅਸੀਂ ਬਣਦੀ ਕਾਰਵਾਈ ਉਸ ਤਾਲਮੇਲ ਕਮੇਟੀ ਵਿੱਚ ਕੀਤੀ ਜਾਵੇਗੀ ਸੋ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਤਿਕਾਰ ਕਰਦੇ ਹਾਂ ਉਹ ਕੌਮ ਦੀ ਲੜਾਈ ਲੜ ਰਹੇ ਹੈ ਫਿਰ ਵੀ ਜਾਣੇ ਅਣਜਾਣੇ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਉਹਦੀ ਮਾਫੀ ਵੀ ਮੰਗਦਾ ਮੈਂ ਨਿੱਜੀ ਤੌਰ ਤੇ ਸੋ ਸੰਗਤਾਂ ਨੂੰ ਇਸ ਪ੍ਰਤੀ ਸੁਚੇਤ ਹੋ ਜਾਣਾ ਚਾਹੀਦਾ ਉਹਦੇ ਨਾਲ ਕੌਮੀ ਇਨਸਾਫ ਮੋਰਚੇ ਦਾ ਕੋਈ ਸੰਬੰਧ ਨਹੀਂ ਮੈਂ ਉਸ ਦੇ ਬਿਆਨ ਨੂੰ ਕੰਡੈਮ ਕਰਦਾ ਸੋ ਸੰਗਤਾਂ ਇਸ ਤੇ ਪਹਿਰਾ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤਾਲਮੇਲ ਕਮੇਟੀ ਦੀ ਮੀਟਿੰਗ ਸੱਦੀ ਜਾਵੇਗੀ ਜੇ ਨਾ ਮੰਗਿਆ ਫਿਰ ਅਸੀਂ ਮੌਕੇ ਤੇ ਜੋ ਤਾਲਮੇਲ ਕਮੇਟੀ ਫੈਸਲਾ ਕਰੇਗੀ ਉਹ ਲਾਗੂ ਕੀਤਾ ਜਾਵੇਗਾ ਨੌਜਵਾਨੀ ਦਾ ਇਹੋ ਕਹਿਣਾ ਵੀ ਜੇਕਰ ਮਾਫੀ ਉਹ ਨਹੀਂ ਮੰਗਦੇ ਤੇ ਉਹਨਾਂ ਨੂੰ ਕਮੇਟੀ 31 ਮੈਂਬਰੀ ਕਮੇਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਨੌਜਵਾਨੀ ਦੀ ਇਹ ਮੰਗ ਆ ਜੀ ਕੋਈ ਨਹੀਂ ਅਸੀਂ ਕਦਰ ਕਰਦੇ ਆ ਨੌਜਵਾਨਾਂ ਦੀ ਭਾਵਨਾਵਾਂ ਦੀ ਪਰ ਉਹ ਜੋ ਤਾਲਮੇਲ ਕਮੇਟੀ ਆ ਨਾ ਉਹ ਉਸ ਤੇ ਫੈਸਲਾ ਲਏਗੀ ਨਹੀਂ ਮੰਨਦਾ ਉਸ ਤੇ ਅਸੀਂ ਤਾਲਮੇਲ ਕਮੇਟੀ ਆ ਜਿਹੜੀ ਉਹ ਉਸ ਤੇ ਕੋਈ ਫੈਸਲਾ ਲਏਗੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ